ਆਓ ਸੀ ਤੁਹਾਨੂੰ ਅੱਜ ਇੱਕ ਹੋਰ ਚੀਜ਼ ਦਿਖਾਉਂਦੇ ਹਾਂ ਕਿ ਆਸ਼ਿਸ਼ ਮੀਰਾ ਨੇ ਅੱਜ ਤੁਸੀਂ ਦੇਖਦੇ ਹੋਣੇ ਕਿ ਪੁਰਾਣੇ ਸਮੇਂ 'ਚ ਅੱਜ ਵੀ ਚੱਲਦਾ ਕੰਮ ਮਿੱਟੀ ਬਣਾਉਣ ਵਾਲੇ ਜਿਹੜੇ ਘੁਮਿਆਰ ਹੁੰਦੇ ਨਾ ਉਹ ਚੱਕ ਹੁੰਦਾ ਅਤੇ ਆਸ਼ਿਸ਼ ਨੇ ਮੋਟਰਾਂ ਲਾ ਕੇ ਚੱਕ ਬਣਾਇਆ ਹੈ ਅਤੇ ਚੱਕ ਚੱਲਣ ਲੱਗਾ ਤਾਂ ਹੁਣ ਇਹਦੇ ਉੱਤੇ ਮਿੱਟੀ ਦਾ ਭਾਂਡਾ ਜਿਹੜਾ ਉਹ ਬਣ ਲੱਗਾ ਤੁਹਾਨੂੰ ਲਾਗੇ ਲੈ ਕੇ ਜਾਵਾਂਗੇ। ਬੱਚੇ ਨੇ ਟਰਾਈ ਜ਼ਰੂਰ ਕੀਤੀ ਹੈ ਚੱਕ ਬਣਾਇਆ ਹੈ ਦੇਖ ਸਕਦੇ ਘੁੰਮਣ ਡਿਆ ਇਹਦੇ ਉੱਪਰ ਮਿੱਟੀ ਹੈ ਅਤੇ ਹੁਣ ਮਿੱਟੀ ਨੂੰ ਭਾਂਡਾ ਬਣਾਉਣਾ ਅਤੇ ਦੇਖਦੇ ਜੇ ਕਿ ਘੁਮਿਆਰ ਜਿਹੜੇ ਭਾਂਡੇ ਬਣਾਉਂਦੇ ਆ ਚੱਕ ਦੇ ਉੱਪਰ ਤੋ ਇਸੇ ਤਰ੍ਹਾਂ ਹੀ ਬਣਦੇ ਨੇ ਤਾਂ ਮੋਟਰ ਲਾ ਕੇ ਬਣਾਇਆ ਬੱਚੇ ਨੇ ਦੇਖ ਸਕਦੇ ਜੇ ਤੁਸੀਂ ਬੱਚੇ ਦੀ ਟੋਪੀ ਲਾ ਕੇ ਦੱਸਦੇ ਤੁਹਾਨੂੰ ਇਹਦੀ ਸ਼ਕਲ ਇਹ ਤੁਸੀਂ ਦੇਖ ਸਕਦੇ ਜੀ ਅੱਗੇ ਵੀ ਬੜੀਆਂ ਵੀਡੀਓ ਨੇ ਯੂਟਿਊਬ 'ਤੇ ਪਾਈਆਂ। ਅੱਜ ਬੱਚੇ ਨੇ ਚੱਕ ਬਣਾਇਆ ਜੀ ਹੁਣ ਚੱਕ ਦੇ ਉੱਪਰ ਮਿੱਟੀ ਰੱਖੀ ਹੈ ਮਿੱਟੀ ਦਾ ਬਰਤਨ ਬਣ ਲੱਗਾ ਵੇਖੋ ਕੀ ਬਣਾਉਂਦਾ ਜੀ ਇਹ ਕੁਝ ਪਤਾ ਨਹੀਂ ਹੈ ਕਿ ਅਜੇ ਪਹਿਲੀ ਵਾਰ ਬਣਾਇਆ ਕੀ ਬਣਾ ਰਿਹਾ ਜੀ ਪਰ ਮੋਟਰ ਚੱਲਦੀ ਤੁਹਾਨੂੰ ਦੇਖਣ ਡਿਆ ਚੱਕ ਚੱਲਣ ਡਿਆ ਵੀ ਦੇਖਦੇ ਜੀ ਇਹ ਆਸ਼ਿਸ਼ ਮੀਰੇ ਦੀ ਅੱਗੇ ਵੀ ਯੂਟਿਊਬ 'ਤੇ ਬਹੁਤ ਸਾਰੀਆਂ ਵੀਡੀਓ 'ਤੇ ਦੇਖਦੇ ਜੇ ਦੇਖਿਆ ਵੀ ਕਰੋ ਸ਼ੇਅਰ ਵੀ ਕਰਿਆ ਕਰੋ ਲਾਈਕ ਵੀ ਕਰਿਆ ਕਰੋ ਕਿਉਂਕਿ ਬੱਚਾ ਕੋਈ ਨਾ ਕੋਈ ਆਪਣਾ ਦਿਮਾਗ ਲਾ ਕੇ ਵੀਡੀਓ ਬਣਾਉਂਦਾ ਹੈ। ਤੁਸੀਂ ਬੱਚੇ ਦੀ ਵੀਡੀਓ ਤੁਹਾਨੂੰ ਦਿਖਾ ਦਿੱਤੀ ਆ ਅਤੇ ਅੱਜ ਮੋਟਰ ਦੇਖਦੇ ਜੇ ਤੁਸੀਂ ਦੋ ਸੈਲੇ ਦੇ ਹੱਥ ਵਿੱਚ ਅਤੇ ਚੱਕ ਬਣਾ ਕੇ ਉੱਪਰ ਅਤੇ ਮਿੱਟੀ ਦਾ ਬਰਤਨ ਬਣਾ ਰਿਹਾ ਸੀ ਉਹ ਮਿੱਟੀ ਨੂੰ ਦੁਬਾਰਾ ਫਿਰ ਉਸਨੇ ਗੁੰਨ ਕੇ ਅਤੇ ਫਿਰ ਉੱਪਰ ਬਣਾਉਣਾ ਸ਼ੁਰੂ ਕਰ ਦਿੱਤਾ।